हेलो स्टूडेंट्स नमस्कार सत आदाब सो एक बार फिर थोड़ा स्वागत है अच्छी इस क्लास देविच। आज क्लास बहुत इंट्रस्टिंग होने वाली है अच्छ अई एम सी क्यूज नहीं करा असी गलबात करा एसिड्स बारे कि एसिड्स कि तरह के होंगे ने एसिड्स की होंगे ने और सोर्स की, की ने सो आओ शुरू करते हैं एसिड एंड इट्स सोर्सिस ਸਭ ਤੋਂ ਪਹਿਲਾਂ ਗੱਲ ਕਰ ਲੈਨੇ ਆ ਆਪਾਂ ਐਸਿਡ ਕੀ ਹੁੰਦਾ ਹੈ। ਅਗਰ ਆਪਾਂ ਕੈਮਿਸਟਰੀ ਦੀ ਪਾਸ਼ਾ ਵਿੱਚ ਸਮਝੀਏ ਤਾਂ ਐਸਿਡ ਉਹ ਸਬਸਟੈਂਸ ਹੁੰਦਾ ਹੈ ਜੋ ਪਾਣੀ ਦੇ ਵਿੱਚ H+ ਆਇਨ ਦਿੰਦਾ ਹੈ। ਜਾਂ ਫਿਰ ਆਪਾਂ ਕਹਿ ਸਕਦੇ ਹਾਂ ਐਸਿਡ ਉਹ ਹੁੰਦਾ ਹੈ ਜਿਸ ਵਿੱਚੋਂ ਇਲੈਕਟ੍ਰਿਸਿਟੀ ਪਾਸ ਹੋ ਜਾਂਦੀ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਐਸਿਡ ਉਹ ਹੁੰਦਾ ਹੈ ਜਿਸ ਦੀ pH ਵੈਲਿਊ 7 ਤੋਂ ਘੱਟ ਹੋਵੇ। एसिड का जो स्वाद होंद है वह खट्टा हों है और एसिड की स्टिंगिंग फीलिंग होंगी यानी कि ये एमीन जो करंट जहाँ लगता है जो जो तो आप टेस्ट करते हैं और इसका नेचर जो हों क्रॉसिव हों है कि यह इस तरह जलन जी पैदा करता है सो पता लग गया एसिड की होंगे है जी एसिड बेसिकली दो तरह के होंगे एक होंगे ऑर्गैनिक एसिड ऑरगैनिक एसिड वो एसिड होंगे ਜਿਹੜੇ ਨੇਚੁਰਲੀ ਮਿਲਦੇ ਹਨ ਕੁਦਰਤੀ ਤੌਰ ਤੇ ਮਿਲਦੇ ਹਨ ਯਾ ਆਪਾਂ ਐਵੇਂ ਕਹਦੀਏ ਕਿ ਜੋ ਲਿਵਿੰਗ ਥਿੰਗਸ ਵਿੱਚੋਂ ਮਿਲਦੇ ਹਨ ਜਦਕਿ ਦੂਜੀ ਐਸਿਡ ਕਿਹੜੇ ਹੁੰਦੇ ਹਨ ਮਿਨਰਲ ਐਸਿਡ ਹੁੰਦੇ ਹਨ ਯਾ ਇਹਨਾਂ ਨੂੰ ਇਨਾਰਗੇਨਿਕ ਐਸਿਡ ਵੀ ਕਿਹਾ ਜਾਂਦਾ ਹੈ ਜਿਸ ਨੂੰ ਕਿ ਲੈਬੋਰੀਟਰੀ ਵਿੱਚ ਬਣਾਇਆ ਜਾ ਸਕਦਾ ਹੈ ਸੋ ਆਪਾਂ ਡਿਸਕਸ ਕਰਾਂਗੇ ਅੱਜ ਗੱਲਬਾਤ ਕਰਾਂਗੇ ਆਪਾਂ ਅੱਜ ਆਰਗੇਨਿਕ ਐਸਿਡ ਦੇ ਬਾਰੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਐਸਿਡ ਹੁੰਦਾ ਹੈ ਉਹ ਹੁੰਦਾ ਹੈ ਐਸਟਿਕ ਐਸਿਡ ਐਸਟਿਕ ਐਸਿਡ ਦਾ ਜੋ ਸੋਰਸ ਹੁੰਦਾ ਹੈ ਕਿੱਥੋਂ ਮਿਲਦਾ ਹੈ ਆਪਾਂ ਨੂੰ ਇਹ ਸਿਰਕੇ ਤੋਂ ਮਿਲਦਾ ਹੈ। ਔਰ ਆਮ ਤੌਰ ਤੇ ਜਦੋਂ ਆਪਾਂ ਖਾਣਾ ਬਣਾਉਂਦੇ ਹਾਂ ਤਾਂ ਆਪਾਂ ਖਾਣੇ ਦੇ ਵਿੱਚ ਸਵਾਦ ਲਿਆਉਣ ਦੇ ਲਈ ਜਾਂ ਅਚਾਰ ਦੇ ਵਿੱਚ ਆਪਾਂ ਇਸ ਨੂੰ ਪਾਉਂਦੇ ਆਂ। ਜਿੰਨੇ ਵੀ ਤੁਸੀਂ ਨੂਡਲਸ ਖਾਣੇ ਹੋ ਉਹਨਾਂ ਵੀ ਸਾਰਿਆਂ 'ਚ ਕੀ ਪੈਂਦਾ ਹੈ? ਵਿਨੇਗਰ ਪੈਂਦਾ ਹੈ ਯਾਨੀ ਕਿ ਐਸਟਿਕ ਐਸਿਡ ਪੈਂਦਾ ਹੈ। ਦੂਜਾ ਐਸਿਡ ਹੈ ਜੀ ਆਪਣੇ ਕੋਲ ਸਿਟ੍ਰਿਕ ਐਸਿਡ। ਸਿਟ੍ਰਿਕ ਐਸਿਡ ਜਿਹੜੇ ਆਪਾਂ ਨੂੰ ਕਿੱਥੋਂ ਮਿਲਦਾ ਹੈ? ਸਿਟਰਸ ਫਰੂਟ। ਸਿਟਰਸ ਫਰੂਟ ਮਤਲਬ ਕੀ ਖੱਟੇ ਫਲਾਂ ਦੇ ਵਿੱਚੋਂ ਸੋ ਉਸ ਨੂੰ ਅਸੀਂ ਕੀ ਕਹਿੰਦੇ ਆ ਸਿਟਰਿਕ ਐਸਿਡ ਕਹਿੰਦੇ ਆ ਜਿਵੇਂ ਕਿ ਨਿੰਬੂ ਦੇ ਵਿੱਚ ਸੰਤਰੇ ਦੇ ਵਿੱਚ ਮਸੰਬੀ ਦੇ ਵਿੱਚ ਇਹਨਾਂ ਜਿਹੜਾ ਐਸਿਡ ਹੁੰਦਾ ਉਹ ਕਿਹੜਾ ਐਸਿਡ ਹੁੰਦਾ ਹੈ ਉਹ ਸਿਟਰਿਕ ਐਸਿਡ ਹੁੰਦਾ ਹੈ ਸੋ ਆਪਾਂ ਨੂੰ ਕਿੱਥੋਂ ਮਿਲਦਾ ਹੈ ਸਿਟਰਿਕ ਐਸਿਡ ਇਹ ਆਪਾਂ ਨੂੰ ਸਿਟਰਸ ਫਰੂਟ ਵਿੱਚੋਂ ਮਿਲਦਾ ਹੈ ਅੱਗੇ ਵੱਧਦੇ ਆਪਾਂ ਬਿਊਟ੍ਰਿਕ ਐਸਿਡ ਦੂਜਾ ਐਸਿਡ ਨੈਕਸਟ ਐਸਿਡ ਕੜਾ ਆ ਗਿਆ ਆਪਣੇ ਕੋਲੇ ਬਿਊਟ੍ਰਿਕ ਐਸਿਡ ਬਿਊਟ੍ਰਿਕ ਐਸਿਡ ਦਾ ਕਿੱਥੋਂ ਮਿਲਦਾ ਆਪਾਂ ਨੂੰ ਰੈਂਸੀਡ ਬਟਰ ਜਿਹੜਾ ਬਟਰ ਖਰਾਬ ਹੋ ਗਿਆ ਹੋਵੇ ਜਾਂ ਜਦੋਂ ਦੁੱਧ ਖਰਾਬ ਹੋ ਜਾਂਦਾ ਹੈ ਤਾਂ ਉਸ ਵਿੱਚ ਕਿਹੜਾ ਐਸਿਡ ਹੁੰਦਾ ਹੈ ਉਹ ਹੁੰਦਾ ਬਿਊਟਿਰਿਕ ਐਸਿਡ ਹੁੰਦਾ ਹੈ ਸੋ ਅੱਗੇ ਵੱਧਦੇ ਹਾਂ ਆਪਾਂ ਫਾਰਮਿਕ ਐਸਿਡ ਫਾਰਮਿਕ ਐਸਿਡ ਆਪਾਂ ਨੂੰ ਕਿੱਥੋਂ ਮਿਲਦਾ ਹੈ ਜਿਹੜੀ ਮਧੂਮੱਖੀਆਂ ਜਾਂ ਜਿਹੜੀ ਕੀੜੀਆਂ ਹੁੰਦੀਆਂ ਹਨ ਉਹ ਜਦੋਂ ਆਪਾਂ ਨੂੰ ਕਟਦੀਆਂ ਹਨ ਤਾਂ ਉਹ ਕਿਹੜਾ ਐਸਿਡ ਛੱਡਦੀਆਂ ਨੇ ਫਾਰਮਿਕ ਐਸਿਡ ਛੱਡਦੀਆਂ ਨੇ ਇਸ ਲਈ ਆਪਾਂ ਨੂੰ ਆਮ ਤੌਰ ਤੇ ਮਧੂਮੱਖੀ ਦੇ ਡੰਗ ਮਾਰਨ ਨਾਲ ਇਹ ਕੀੜੀ ਦੇ ਕੱਟਣ ਨਾਲ ਆਪਾਂ ਨੂੰ ਜਿਹੜੀ ਦਰਦ ਮਹਿਸੂਸ ਹੁੰਦਾ ਹੈ ਉਹ ਕਿਸ ਕਰਕੇ ਹੁੰਦਾ ਹੈ ਉਹ ਫਾਰਮਿਕ ਐਸਿਡ ਦੇ ਕਰਕੇ ਮਹਿਸੂਸ ਹੁੰਦਾ ਹੈ ਔਰ ਸ਼ਾਇਦ ਤੁਹਾਨੂੰ ਯਾਦ ਹੋਏਗਾ ਜਦੋਂ ਆਪਾਂ ਕੋਈ ਮਧੂਮੱਖੀ ਲੜ ਜਾਂਦੀ ਹੈ ਤਾਂ ਆਪਾਂ ਉਹਦੇ ਉੱਤੇ ਕੋਈ ਬੇਸ ਲਗਾਨੇ ਹਾਂ ਇਨਕੀ ਕੋਈ ਪੀਸਟ ਲਗਾ ਲਓ ਕਹਿੰਦੇ ਨੇ ਆਪਾਂ ਨਾ ਸੋ ਉਹਦੇ ਇਫੈਕਟ ਨੂੰ ਨਿਊਟਰਲਾਈਜ਼ ਕਰਨ ਵਾਸਤੇ ਆਪਾਂ ਲਗਾਨੇ ਹਾਂ ਸੋ ਫਾਰਮਿਕ ਐਸਿਡ ਕਿੱਥੇ ਮਿਲਦਾ ਆਪਾਂ ਨੂੰ ਮਧੂਮੱਖੀਆਂ ਦੇ ਡੰਗ ਦੇ ਵਿੱਚੋਂ ਜਾਂ ਕੀੜੀਆਂ ਦੇ ਡੰਗ ਵਿੱਚੋਂ ਆਪਾਂ ਨੂੰ ਮਿਲਦਾ ਹੈ ਨੈਕਸਟ ਆ ਗਿਆ ਜੀ ਲੈਕਟਿਕ ਐਸਿਡ ਲੈਕਟਿਕ ਦਾ ਮਤਲਬ ਦੁੱਧ ਹੁੰਦਾ ਹੈ ਲੈਕਟੋਮੀਟਰ ਯਾਦ ਕਰ ਲਓ ਨਾ ਲੈਕਟੋਮੀਟਰ ਦੁੱਧ ਦੀ ਸ਼ੁੱਧਤਾ ਮਾਪਣ ਵਾਸਤੇ ਸੋ ਇਹ ਕਿੱਥੋਂ ਮਿਲਦਾ ਆਪਾਂ ਨੂੰ ਲੈਕਟਿਕ ਐਸਿਡ ਇਹ ਆਪਾਂ ਨੂੰ ਖੱਟੇ ਦੁੱਧ ਦੇ ਵਿੱਚੋਂ ਜਿਹੜਾ ਦੁੱਧ ਖਰਾਬ ਹੋ ਜਾਂਦਾ ਹੈ ਤਾਂ ਕਿਹੜਾ ਐਸਿਡ ਪ੍ਰੋਡਿਊਸ ਹੋ ਜਾਂਦਾ ਹੈ ਲੈਕਟਿਕ ਐਸਿਡ ਪ੍ਰੋਡਿਊਸ ਹੋ ਜਾਂਦਾ ਹੈ ਸੋ ਇਸ ਨੂੰ ਅਸੀਂ ਬੋਲਦੇ ਆ ਲੈਕਟਿਕ ਐਸਿਡ ਕਿੱਥੋਂ ਮਿਲਦਾ ਆਪਾਂ ਨੂੰ ਇਹ ਖੱਟੇ ਦੁੱਧ ਵਿੱਚੋਂ ਅਗਲਾ ਆ ਗਿਆ ਜੀ ਮੈਲਿਕ ਐਸਿਡ ਮੈਲਿਕ ਐਸਿਡ ਆਪਾਂ ਨੂੰ ਕਿੱਥੋਂ ਮਿਲਦਾ ਹੈ ਐਪਲਸ ਅਤੇ ਗਰੇਪਸ ਦੇ ਵਿੱਚੋਂ ਸੇਬ ਅਤੇ ਜਿਹੜਾ ਅੰਗੂਰ ਹੁੰਦੇ ਹਨ ਉਹਨਾਂ ਵਿੱਚ ਕਿਹੜਾ ਐਸਿਡ ਪ੍ਰੈਜ਼ੈਂਟ ਹੁੰਦਾ ਹੈ ਉਹਨਾਂ ਵਿੱਚ ਮੈਲਿਕ ਐਸਿਡ ਪ੍ਰੈਜ਼ੈਂਟ ਹੁੰਦਾ ਹੈ ਸੋ ਯਾਦ ਰੱਖਣਾ ਹੈ ਜੀ ਮੈਲਿਕ ਐਸਿਡ ਕਿੱਥੇ ਹੁੰਦਾ ਹੈ ਆਪਣੇ ਕੋਲੇ ਐਪਲ ਐਂਡ ਗਰੇਪਸ ਦੇ ਵਿੱਚ ਇਹ ਸਾਰੇ ਕਿਹੜੇ ਐਸਿਡ ਨੇ ਆਪਣੇ ਕੋਲੇ ਇਹ ਸਾਰੇ ਆਪਣੇ ਕੋਲੇ ਆਰਗੈਨਿਕ ਐਸਿਡਸ ਨੇ ਨੈਕਸਟ ਆਗਾ ਜੀ ਆਪਣੇ ਕੋਲੇ 올ਿਕ ਐਸਿਡ ਨਾਮ ਤੋਂ ਹੀ ਕਲੀਅਰ ਹੋ ਰਿਹਾ ਹੈ 올ੀਵਸ 올ੀਵਸ ਮਤਲਬ ਜਿਹੜਾ ਜੈਤੂਨ ਹੁੰਦਾ ਹੈ ਜੈਤੂਨ ਦੇ ਤੇਲ ਵਿੱਚ ਆਪਾਂ ਨੂੰ 올ਿਕ ਐਸਿਡ ਮਿਲਦਾ ਹੈ 댓 ਇਜ਼ ਵਾਈ ਇਸ ਨੂੰ 올ਿਕ 올ਿਵ ਤੁਸੀਂ ਯਾਦ ਕਰ ਸਕਦੇ ਉਸ ਤਿਕ ਨਾਲ ਸੋ 올ਿਕ ਐਸਟਿਕ ਕਿੱਥੇ ਮਿਲਦਾ ਆਪਾਂ ਨੂੰ 올ਿਵ ਆਇਲ ਦੇ ਵਿੱਚ ਮਿਲਦਾ ਹੈ ਜੈਤੂਨ ਦੇ ਤੇਲ ਵਿੱਚ ਮਿਲਦਾ ਹੈ ਨੈਕਸਟ ਆ ਗਿਆ ਜੀ অক্সੈਲਿਕ ਐਸਿਡ অক্সੈਲਿਕ ਐਸਿਡ ਟਮਾਟਰ ਦੇ ਵਿੱਚ ਜਿਹੜਾ ਐਸਿਡ ਹੁੰਦਾ ਹੈ ਉਸ ਨੂੰ ਅਸੀਂ ਕੀ ਕਹਿੰਦੇ ਹਾਂ ਉਸ ਨੂੰ ਅਸੀਂ অক্সੈਲਿਕ ਐਸਿਡ ਕਹਿੰਦੇ ਹਾਂ ਟਮਾਟਰ ਦੇ ਵਿੱਚ ਮੌਜੂਦ ਹੁੰਦਾ ਹੈ অক্সੈਲਿਕ ਐਸਿਡ ਸੋ ਕਿੱਥੋਂ ਮਿਲਦਾ ਆਪਾਂ ਨੂੰ ਇਹ ਟਮਾਟਰਾਂ ਦੇ ਵਿੱਚੋਂ ਯਾਨੀ ਟਮੇਟੋਸ ਦੇ ਵਿੱਚੋਂ ਮਿਲਦਾ ਹੈ ਨੈਕਸਟ ਆ ਗਿਆ ਜੀ ਟਾਰਟ੍ਰਿਕ ਐਸਿਡ ਟਾਰਟ੍ਰਿਕ ਐਸਿਡ ਟੈਂਬਰਿੰਡ ਇਮਲੀ ਵਿੱਚੋਂ ਮਿਲਦਾ ਹੈ ਸੋ ਟਾਰਟ੍ਰਿਕ ਟੈਂਬਰਿੰਡ ਹਮੇ ਯਾਦ ਕਰ ਲੋ ਇਹਨੂੰ ਜੀ ਟੀ ਟੀ ਨਾਲ ਸੋ ਟਾਰਟ੍ਰਿਕ ਐਸਿਡ ਟੈਂਬਰਿੰਡ ਦੇ ਵਿੱਚ ਮਿਲਦਾ ਹੈ ਸੋ ਟੇਸਟ ਹੁੰਦਾ ਹੈ ਸੋ ਕਾਫੀ ਸਾਰੀਆਂ ਚੀਜ਼ਾਂ ਦੇ ਵਿੱਚ ਟਾਰਟ੍ਰਿਕ ਐਸਿਡ ਜਿਹੜਾ ਪੈਂਦਾ ਹੈ ਕੋਲਡ ਡਰਿੰਕ ਦੇ ਵਿੱਚ ਆਮ ਤੌਰ ਤੇ ਅਸੀਂ ਇਸ ਨੂੰ ਟਾਰਟ੍ਰਿਕ ਐਸਿਡ ਪਾਉਂਦੇ ਜਿਹੜਾ ਆਪਾਂ ਨੂੰ ਇੱਕ ਤਰ੍ਹਾਂ ਨਾਲ ਬੜਾ ਖੱਟਾ ਜਿਹਾ ਸਵਾਦ ਦਿੰਦਾ ਜਿਹੜਾ ਆਪਾਂ ਨੂੰ ਸੈਂਸੇਸ਼ਨ ਜੀ ਮਿਲਦੀ ਹੈ ਉਹ ਟਾਰਟ੍ਰਿਕ ਐਸਿਡ ਤੋਂ ਮਿਲਦੀ ਹੈ ਜੀ ਨੈਕਸਟ ਆ ਗਿਆ ਜੀ ਯੂਰਿਕ ਐਸਿਡ ਯੂਰਿਕ ਐਸਿਡ ਜਿਹੜਾ ਆਪਣਾ ਪੇਸ਼ਾਬ ਹੁੰਦਾ ਹੈ ਉਸਦੇ ਵੀ ਜਿਹੜਾ ਐਸਿਡ ਪ੍ਰੈਸੈਂਟ ਹੁੰਦਾ ਉਸ ਨੂੰ ਕੀ ਕਹਿੰਦੇ ਆਪਾਂ ਯੂਰਿਕ ਐਸਿਡ ਕਹਿੰਦੇ ਆ ਯੂਰਿਨ ਦੇ ਵਿੱਚ ਪ੍ਰੈਸੈਂਟ ਹੁੰਦਾ ਹੈ ਸੋ ਇਸ ਦੀ ਅਮਾਉਂਟ ਜਿਹੜੀ ਆ ਫਿਕਸ ਰਹਿਣੀ ਚਾਹੀਦੀ ਹੈ ਜ਼ਿਆਦਾ ਨਾ ਘਟ ਸੋ ਜਦੋਂ ਵੀ ਡਾਕਟਰ ਚੈੱਕ ਅਪ ਕਰਦਾ ਹੈ ਕਈ ਵਾਰ ਬਿਮਾਰੀ ਦਾ ਪਤਾ ਲਗਾਉਣ ਵਾਸਤੇ ਯੂਰਿਕ ਐਸਿਡ ਚੈੱਕ ਕਰ ਲਿੰਦਾ ਉਹ ਕਿ ਆਪਣੇ ਜਿਹੜੀ ਆਪਣਾ ਪੇਸ਼ਾਬ ਹੈ ਆਪਣਾ ਉਸ ਵਿੱਚ ਉਸ ਐਸਿਡ ਦੀ ਮਾਤਰਾ ਕਿੰਨੀ ਹੈ ਉੱਤੇ ਫਿਰ ਆਪ ਨੂੰ ਬਿਮਾਰੀਆਂ ਦਾ ਪਤਾ ਲੱਗ ਸਕਦਾ ਹੈ ਜੀ ਸੋ ਇਹ 10 ਆਪਾਂ ਐਸਿਡ ਕਿਤੇ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਇਸ ਅ ਐਸਿਡਸ ਬਾਰੇ ਪਤਾ ਲੱਗ ਗਿਆ ਹੋਵੇਗਾ ਜੀ ਬਾਕੀ ਜਿਹੜੇ ਮਿਨਰਲ ਐਸਿਡ ਹੁੰਦੇ ਨੇ ਉਹ ਜ਼ਿਆਦਾ ਨਹੀਂ ਹੁੰਦੇ ਥੋੜੇ ਹੀ ਹੁੰਦੇ ਨੇ ਉਹਨਾਂ ਵਿੱਚ ਮੇਨ ਹੁੰਦਾ ਹੈ ਸਲਫਿਊਰਿਕ ਐਸਿਡ H2SO4 ਨਾਈਟ੍ਰਿਕ ਐਸਿਡ HNO3 ਔਰ ਹਾਈਡਰੋਕਲੋਰਿਕ ਐਸਿਡ ਇਨਕੀ HCl ਇਹ ਆਪਣੇ ਕੋਲ ਇਨਾਰਗੇਨਿਕ ਐਸਿਡ ਜਾਂ ਮਿਨਰਲ ਐਸਿਡ ਹੁੰਦੇ ਹਨ ਔਰ ਜਿਹੜਾ ਏਸਿਡ ਆਪਾਂ ਪੜ੍ਹੇ ਨੇ ਉਹ ਕਿਹੜੇ ਹੁੰਦਿਆਂ ਨੂੰ ਸਾਰੇ ਆਪਣੇ ਕੋਲੇ ਆ ਆਰਗੈਨਿਕ ਐਸਿਡ ਹੁੰਦਿਆਂ ਨੂੰ ਇੰਗਰੀਡੀਅੰਟ ਆਪਾਂ ਨੂੰ ਨੇਚਰਲੀ ਨੇਚਰ ਤੋਂ ਮਿਲਦਾ ਹੈ ਕੁਦਰਤ ਤੋਂ ਮਿਲਦੇ ਨੇ ਉਹ ਐਸਿਡ ਨੂੰ ਆਪਾਂ ਆਰਗੈਨਿਕ ਐਸਿਡ ਕਹਿੰਦੇ ਆ ਸੋ ਆਈ ਹੋਪ ਤੁਹਾਨੂੰ ਇਹ ਟੌਪਿਕ ਪਸੰਦ ਆਇਆ ਹੋਵੇਗਾ ਜੀ ਸੋ ਕੀਪ ਵਾਚਿੰਗ ਦੀ ਚੈਨਲ ਵੇਖਦੇ ਰਹੋ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਹੋਰ ਵੀ ਵੀਡੀਓਜ਼ ਦੇ ਲਈ ਆਪਾਂ ਜੁੜੇ ਰਵਾਂਗੇ ਫਿਰ ਮਿਲਾਂਗੇ ਨਵੇਂ ਲੈਕਚਰ ਦੇ ਨਾਲ ਤਦ ਤੱਕ ਦੇ ਲਈ ਸਟੇ ਸੇਫ